30 ਸਾਲ ਬਾਅਦ ਆਪਣੇ ਬੱਚਿਆਂ ਨੂੰ ਮਿਲੇ ਆ ਕੇ ਆਪਦੇ ਮੁਲਕ ਚ ਆਏ, ਇਸ ਤੋਂ ਖੁਸ਼ੀ ਹੋਰ ਕੀ ਸਕਦੀ ਜੇਲ੍ਹ ਚ। ਔਰ ਕੋਈ ਕੁਐਸਚਨ? ਮੁਸ਼ਕਲ ਹੋਵੇ ਜਾਂ ਕੁਝ ਹੋਵੇ, ਜਦੋਂ ਜੇਲ੍ਹ ਦੇ ਅੰਦਰ ਕੈਦੀ ਹੈ ਇਹ ਹੈ, ਮੈਂ ਕਹੂੰਗਾ, ਇਹ ਮੈਂ ਜ਼ਰੂਰ ਕਹੂੰਗਾ ਕਿ ਪਾਕਿਸਤਾਨੀ ਜੇਲ੍ਹਾਂ ਦੇ ਵਿੱਚ ਇੰਡੀਆ ਵਾਲਿਆਂ ਨੂੰ ਵੀ, ਇਹ ਤਾਂ ਹੁਣ ਨਹੀਂ ਨਾ, ਇਹ ਤਾਂ ਹੁਣ ਆਪਣੇ ਬੈਠੇ ਆ ਨਾ, ਫਿਰ ਵੀ ਕੋਈ ਤਕਲੀਫ ਨਹੀਂ ਕਿਸੇ ਕਿਸਮ ਦੀ ਨਹੀਂ, ਕੋਈ ਪੀਣ ਦੀ, ਕੋਈ ਲੀੜਾ ਕੱਪੜਾ, ਕੋਈ ਸਾਬਣ ਤੇਲ, ਹਰ ਚੀਜ਼ ਉਹਨਾਂ ਨੂੰ ਮਿਲਦੀ ਹੈ। ਸਰਬਜੀਤ ਬਿਲਕੁਲ ਠੀਕ ਠਾਕ ਹੈ, ਬਿਲਕੁਲ ਸਹੀ ਹੈ, ਕੋਈ ਉਹਨੂੰ ਤਕਲੀਫ ਨਹੀਂ, ਕੋਈ ਗੱਲ ਨਹੀਂ। ਇਹ ਤਾਂ ਹੈ ਕਿ ਸਜਾਏ ਮੌਤ ਦਾ ਕੈਦੀ ਹੈ ਅਤੇ ਸਜਾਏ ਮੌਤ ਵਾਲਿਆਂ ਨਾਲ ਬੰਦ ਹੋਣਾ, ਉਹ ਇਕੱਲਾ ਬੰਦ ਹੈ, ਜਿੱਥੇ ਮਰਜ਼ੀ ਉਹ ਫਿਰਦਾ, ਬਾਹਰ ਤਾਂ ਨਹੀਂ ਫਿਰਨ ਦਿੰਦੇ, ਐਡਾ ਕੁ ਹੱਥ ਆਇਆ ਉਹਦੇ ਵਿੱਚ ਉਹ ਫਿਰਦਾ ਰਹਿੰਦਾ, ਉਹਨੂੰ ਕੋਈ ਤਕਲੀਫ ਨਹੀਂ। ਹਾਂ ਮੈਂ ਮਿਲਦਾ ਰਹਿੰਦਾ ਹੁਣ, ਹਾਂ ਮਿਲਦਾ ਰਹਿੰਦਾ ਮੈਂ, ਨਹੀਂ ਕੋਈ ਨਹੀਂ। ਉਹ ਸਰਬਜੀਤ ਤੇ ਆਮ ਕੈਦੀਆਂ ਤਰ੍ਹਾਂ, ਜਿਸ ਤਰ੍ਹਾਂ ਆਮ ਨਹੀਂ ਮਿਲਦੇ ਜਾ ਕੇ, ਹਰ ਹਫ਼ਤੇ ਦੇ ਹਫ਼ਤੇ ਅਸੀਂ ਜਾ ਕੇ ਮਿਲਦੇ ਹਾਂ, ਉਹਨੂੰ ਵੀ ਪਤਾ ਹੈ, ਹਾਂ ਕੁਛ ਨਹੀਂ, ਉਹ ਚੁੱਪ ਆ ਵਿਚਾਰਾ, ਉਹਨੂੰ ਕੀ ਉਹ ਕੀ ਕਰ ਸਕਦਾ। ਗਲਤੀ ਇਹ ਹੋਈ ਹੈ, ਦੇਖੋ ਮੈਂ ਦੱਸਦਾ, ਗਲਤੀ ਇਹ ਹੋਈ ਹੈ ਕਿ ਸਰਬਜੀਤ ਦਾ ਜਿੰਨਾ ਜ਼ੋਰ ਲੱਗਿਆ ਨਾ ਉਹਦੀ ਰਿਹਾਈ ਵਾਸਤੇ, ਉਹ ਗਲਤ ਗਿਆ ਸਾਰਾ। ਉਹ ਕਿਉਂ? ਉਹ ਮੀਡੀਆ 'ਚ ਆ ਜਾਂਦਾ, ਮੀਡੀਆ 'ਚ ਆ ਜੇ, ਮੀਡੀਆ ਆਵਾਮ 'ਚ ਲੈ ਜਾਂਦੀ ਹੈ, ਆਵਾਮ ਫਿਰ ਉਹਦੇ ਖਿਲਾਫ਼ ਖੜ੍ਹੇ ਹੋ ਜਾਂਦੇ, ਟੀ ਵੀ 'ਤੇ ਆਇਆ। ਦੇਖੋ ਮੈਂ ਦੱਸਦਾ, ਕੋਈ ਕੁੱਟਮਾਰ ਨਾਲ ਨਹੀਂ ਮਰਿਆ, ਕੋਈ ਭੁੱਖਾ ਧਿਆਇਆ ਨਹੀਂ ਮਰਿਆ, ਬਿਮਾਰੀ ਦਾ ਜਿੱਥੋਂ ਤੱਕ ਤਲਕ ਹੈ ਉੱਥੇ ਸਪੈਸ਼ਲ ਉਹਨਾਂ ਨੂੰ ਲਹਿਦਾ ਬੰਦ ਕੀਤਾ ਹੈ, ਪਾਗਲ ਹੋਏ ਫਿਰਦੇ ਥੋੜ੍ਹੇ ਘਣੇ, ਉਹ ਰਹਿਦਾ ਬੰਦ ਕੀਤਾ ਹੈ। ਉਦੋਂ ਬਾਅਦ ਜੇ ਇਹਨਾਂ ਤੋਂ ਨਹੀਂ ਠੀਕ ਹੁੰਦਾ ਜੇਲ੍ਹ ਦੇ ਡਾਕਟਰਾਂ ਤੋਂ, ਤਾਂ ਬਾਹਰ ਭੇਜਦੇ ਹੋ, ਬਾਹਰ ਇੱਕ ਹੈ ਜਨਾਹ ਹਸਪਤਾਲ, ਜਿਸ ਤਰ੍ਹਾਂ ਆਪਣੇ ਚੰਡੀਗੜ੍ਹ ਹਸਪਤਾਲ ਹੈ, ਇਸ ਤਰ੍ਹਾਂ ਉੱਥੇ ਭੇਜਦੇ ਹੈ, ਉੱਥੋਂ ਫਿਰ ਠੀਕ ਹੋ ਕੇ ਆ ਜਾਂਦੇ। ਉਹ ਗਲਤ ਹੋਈ ਸੀ, ਸੁਣੋ, ਉਹ ਗਲਤ ਹੋਈ ਸੀ। ਸਰਬਜੀਤ ਔਰ ਸੁਰਜੀਤ ਮੈਂ ਫਰਕ ਨਹੀਂ ਹੈ, ਉਹ ਇਹ ਨਹੀਂ ਸਮਝਦੇ, ਉਹ ਸੁਰਜੀਤ ਵੀ ਉਸੇ ਤਰ੍ਹਾਂ ਲਿਖਿਆ ਜਾਂਦਾ ਉਰਦੂ 'ਚ, ਸਰਬਜੀਤ ਵੀ ਉਸੇ ਤਰ੍ਹਾਂ ਹੀ ਲਿਖਿਆ ਜਾਂਦਾ। ਦੇਖੋ ਮੈਨੂੰ ਇਹ ਪਤਾ ਲੱਗਿਆ, ਰਹਿਮਾਨ ਮਲਕ ਨੀ ਇਹਨਾਂ ਦਾ ਜਿਹੜਾ ਪਹਿਲਾਂ ਹੋਮ ਮਿਨਿਸਟਰ ਸੀ, ਉਹਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੂੰ, ਅਖਬਾਰੀ ਰਿਪੋਰਟਰਾਂ ਨੂੰ, ਉਹਨੇ ਦੱਸਿਆ ਮੇਰੇ ਕਾਗਜ਼ ਲਹਿਦਾ ਕੀਤੇ ਆ, ਸਰਬਜੀਤ ਦੇ ਲਹਿਦਾ ਕੀਤੇ ਆ, ਕਿ ਤੁਸੀਂ ਆਉਂਦੇ ਹੋ ਕਿ ਸਰਬਜੀਤ ਰਿਹਾ ਹੋ ਗਿਆ, ਸਰਬਜੀਤ ਦੇ ਤਾਂ ਕਾਗਜ਼ ਅਜੇ ਸਾਡੇ ਕੋਲ ਨਹੀਂ ਪਹੁੰਚੇ, ਉਹਦੀ ਸਮਰੀ ਸਾਡੇ ਕੋਲ ਨਹੀਂ ਪਹੁੰਚੀ। ਇਹ ਸੁਰਜੀਤ ਸਿੰਘ ਹੈ, ਸਰਬਜੀਤ ਨਹੀਂ, ਸੁਰਜੀਤ ਸਿੰਘ ਹੈ, ਉਹਦੇ ਆ ਕਾਗਜ਼ ਆਏ ਆ, ਉਹਦੀ ਰਿਹਾਈ ਹੈ, ਉਹਨੂੰ 48 ਘੰਟਿਆਂ 'ਚ ਅਸੀਂ ਕੱਢ ਦੇਵਾਂਗੇ। ਦੇਖੋ ਇਹ ਮੈਂ ਕੋਈ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਮੈਂ ਗਲਤ ਕਰਾਂ, ਅਖਬਾਰ ਮੈਂ ਪੜ੍ਹਦਾ, ਮੈਂ ਕੋਈ ਐਡੀਟਰ ਨਹੀਂ ਜਾਂ ਮੈਂ ਕੋਈ ਅਫਸਰ ਨਹੀਂ ਜਾਂ ਕੋਈ ਮੈਂ ਮਿਨਿਸਟਰ ਨਹੀਂ, ਪਰ ਇਹ ਹੈ ਕਿ ਉਹਨੇ ਰਹਿਮਾਨ ਮਲਕ ਦਾ ਤੁਸੀਂ ਇੰਟਰਵਿਊ ਸੁਣਿਆ ਸੀ, ਫਿਰ ਇਹ ਸਵਾਲ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ, ਤੁਹਾਨੂੰ ਪਤਾ ਲੱਗ ਜਾਂਦਾ ਕਿਉਂ ਹੋਇਆ। ਨਹੀਂ ਕਰਵਾ ਲਾਂਗੇ, ਰਿਹਾਈ ਵਾਲੀ ਗੱਲ ਇਹ ਨਾ ਛੱਡੋ, ਮੈਥੋਂ ਇੰਨੇ ਬੰਦੇ ਨਾ ਕਹੋ, ਮੈਂ ਕਰਵਾ ਲੂੰਗਾ, ਮੈਂ ਕਰਵਾ ਲਾਂਗਾ ਸਰਬਜੀਤ, ਬਸ ਤੂੰ ਇਹ ਛੱਡ ਇਸ ਗੱਲ ਨੂੰ, ਜਾਣ ਦੇ, ਜਲਦੀ ਕਰਵਾ ਲਾਂਗਾ, ਕੁਛ ਨਾ ਕੁਛ ਕਰਾਂਗੇ, ਮਿਨਿਸਟਰਾਂ ਨੂੰ ਮਿਲਾਂਗੇ। ਨਹੀਂ ਬਾਜੀ,
कोई नहीं, क्योंकि आज मैंने उन्होंने मिल नहीं दिता सुबह। जब आप लास्ट मिले थे उनसे, उनकी दिमागी हालत कैसी थी? ठीक सी बिल्कुल। क्या बोला आपने, परिवार के बारे में बात करते थे? हर किस्म की गल करते थे। बीबी की तुम्हें मैं दसा उठे मना है, समझ गए ना, लेकिन वो फिर भी चलता रहता है। आप बोलिए। लंबी गल है, मैनू नहीं पता, ये तुम जानो, इंटीरियर मिनिस्ट्री जाने। मैं जिहड़ा काम तुम की दसा, मेरे को ना कहो कि मैं जसूसी वास्ते गया सी। होर दसो, भाजी आ जी गल है ना, ये किसी भी कोई अफसर बचा नहीं दिसदा। नहीं, आर्मी है। चलो इना गल गवर्नमेंट के खिलाफ गल ना पूछो तो मैं नहीं दस रही सीधी की गल। चलो